ਮੇਰਾ ਐਕਸ਼ਨ, ਸਿਆਸਤਦਾਨਾਂ ਦੀ ਐਕਟਿੰਗ ਚ ਐਂਟਰੀ, ਮੰਤਰੀ ਰੰਧਾਵਾ ਤੇ ਰਾਜਕੁਮਾਰ ਵੇਰਕਾ ਬਣੇ ਹੀਰੋ। ਜੀ ਹਾਂ, ਮੰਤਰੀ ਸੁਖਜਿੰਦਰ ਰੰਧਾਵਾ ਅਤੇ ਕਾਂਗਰਸੀ ਲੀਡਰ ਰਾਜਕੁਮਾਰ ਵੇਰਕਾ ਹੁਣ ਕਰਤਾਰਪੁਰ ਕੋਰੀਡੋਰ ਤੇ ਬਣਨ ਜਾ ਰਹੀ ਇੱਕ ਡਾਕੂਮੈਂਟਰੀ ਫਿਲਮ ਦੇ ਵਿੱਚ ਐਕਟਿੰਗ ਕਰਦੇ ਨਜ਼ਰ ਆਉਣਗੇ। ਦੱਸਦੀ ਕਿ ਕਰਤਾਰਪੁਰ ਲਾਂਘੇ ਦੇ ਥੀਮ ਤੇ ਡਾਕੂਮੈਂਟਰੀ ਫਿਲਮ ਦੇ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ, ਜਿਸ 'ਚ ਮੰਤਰੀ ਰੰਧਾਵਾ ਤੇ ਰਾਜਕੁਮਾਰ ਵੇਰਕਾ ਕਿਰਦਾਰ ਨਿਭਾ ਰਹੇ ਨੇ। ਜਿਸ ਦੀ ਸ਼ੂਟਿੰਗ ਲਈ ਦੋਵੇਂ ਡੇਰਾ ਬਾਬਾ ਨਾਨਕ ਪਹੁੰਚੇ। ਤਸਵੀਰਾਂ 'ਚ ਦਿਖ ਰਿਹਾ ਹੈ ਕਿ ਕਿਵੇਂ ਪੂਰੀ ਤਿਆਰੀ ਦੇ ਨਾਲ ਦੋਵੇਂ ਸਿਆਸਤਦਾਨ ਐਕਟਿੰਗ ਸਕਿੱਲਸ ਦਿਖਾ ਰਹੇ ਨੇ, ਜਿਸ ਦੇ ਬਾਅਦ ਮੰਤਰੀ ਰੰਧਾਵਾ ਨੇ ਇਸ ਡਾਕੂਮੈਂਟਰੀ 'ਚ ਕੰਮ ਕਰਨ ਲਈ ਖੁਸ਼ੀ ਵੀ ਜ਼ਾਹਰ ਕੀਤੀ ਹੈ। ਇੱਥੇ ਨਹੀਂ, ਰਾਜਕੁਮਾਰ ਵੇਰਕਾ ਦੇ ਮੁਤਾਬਕ ਇਸ ਡਾਕੂਮੈਂਟਰੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਕਿਰਦਾਰ ਨਿਭਾਉਣਗੇ। ਇਹ ਲਾਂਘੇ ਤੇ ਜਿਹੜਾ ਇਹ ਇੱਕ ਸੌਂਗ ਹੈ ਉਹ ਡਾਕੂਮੈਂਟਰੀ ਹੈ, ਇਹ ਕੀਤੀ ਜਾ ਰਹੀ ਹੈ। ਇਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਜਿਹੜੇ ਆ ਉਹ ਬਾਕੀ ਆਰਟਿਸਟ ਵੀ ਕੰਮ ਕਰਨਗੇ। ਔਰ ਇਹ ਜਿਹੜਾ ਲਾਂਘੇ ਦਾ ਸੌਂਗ ਹੈ, ਮੈਂ ਸਮਝਣਾ ਹੈ ਕਿ ਇਹ ਪੂਰਨ ਚੰਦ ਵਡਾਲੀ ਜੀ ਔਰ ਹਰਦੇਵ ਸੋਹਲ ਉਹਨਾਂ ਵੱਲੋਂ ਇਹ ਗਾਣਾ ਜਿਹੜਾ ਉਹ ਗਾਇਆ ਗਿਆ। ਔਰ ਇਹ ਜਿਹੜਾ ਗਾਣਾ ਹੈ ਇਹ ਮੇਰੇ ਵੱਲੋਂ ਲਿਖਿਆ ਗਿਆ। ਔਰ ਇਹ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਇਤਿਹਾਸਿਕ ਇਹ ਪਲ ਹੈ, ਇਹ ਖੁਸ਼ੀ ਦੇ ਪਲ ਹੈ, ਇਹ ਸਾਰੀ ਦੁਨੀਆ 'ਚ ਵੰਡੇ ਜਾਣਗੇ। ਨਹੀਂ, ਵੇਖੋ ਗੱਲ ਸੁਣੋ, ਆਪਾਂ 9 ਤਰੀਕ ਨੂੰ ਇਹ ਲਾਂਘੇ ਦੇ ਉੱਤੇ ਸੌਂਪਣਾ ਜਾਂ ਨਾ ਸੌਂਪਣਾ ਉਹ ਵੱਖਰੀ ਗੱਲ ਹੈ। ਸਾਨੂੰ ਇਹ ਹੈ ਕਿ 9 ਤਰੀਕ ਨੂੰ ਸੰਗਤ ਦੇ ਜਿਹੜੀ ਆ ਦਰਸ਼ਨ ਕਰਨ ਲਈ ਜਾਏਗੀ। ਜਿਹੜੇ ਥੋੜ੍ਹੀਆਂ ਮੋਟੀਆਂ ਕਮੀਆਂ ਪੇਸ਼ੀਆਂ ਨੇ ਉਹ ਨਾਲ ਦੀਆਂ ਚੱਲਦੀਆਂ ਨੇ। ਜੇ ਅਸੀਂ ਘਰ ਬਣਾਉਂਦੇ ਹਾਂ ਤਾਂ ਪਹਿਲੇ ਦਿਨ ਸਾਰਾ ਕੁਝ ਫਰਨੀਚਰ ਨਹੀਂ ਲਾਇਆ ਜਾਂਦਾ ਹੁੰਦਾ, ਉਹ ਜਦੋਂ ਘਰ 'ਚ ਐਂਟਰ ਕਰ ਜਾਈਦਾ ਉਹਦੇ ਬਾਅਦ ਵੀ ਕਈ ਸਾਲ ਕੰਮ ਚੱਲਦੇ ਰਹਿੰਦੇ ਆ। ਇਹ ਡੇਰਾ ਬਾਬਾ ਨਾਨਕ ਦੀ ਡਿਵੈਲਪਮੈਂਟ ਦੇ ਕਈ ਸਾਲ ਕੰਮ ਚੱਲਦੇ ਰਹਿਣੇ। ਯਾਨੀ ਹੁਣ ਪੰਜਾਬ ਦੇ ਸਿਆਸਤਦਾਨਾਂ ਦੀ ਅਦਾਕਾਰੀ ਵੀ ਲੋਕਾਂ ਨੂੰ ਇਸ ਡਾਕੂਮੈਂਟਰੀ ਦੇ ਵਿੱਚ ਵੇਖਣ ਨੂੰ ਮਿਲੇਗੀ, ਜੋ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਦੇ ਉੱਤੇ ਬਣਾਈ ਜਾ ਰਹੀ ਹੈ। ਡੇਰਾ ਬਾਬਾ ਨਾਨਕ ਤੋਂ ਸਾਹਿਲ ਮਹਿਤਾ ਦੀ ਰਿਪੋਰਟ।